ਨਾਲ ਨਹੀਂ ਡਲਾ ਹੁੰਦਾ ਗਾ ਜਦੋਂ ਲੋਕਾਂ ਨੇ ਗੁਲਾਮੇ ਤੋਂ ਫੜ ਕੇ ਖਿੱਚਿਆ ਮੁੱਖ ਮੰਤਰੀ ਨੂੰ ਵੀ ਜਿਹੜੀਆਂ ਗੱਲਾਂ ਤੂੰ ਕਹਿੰਦਾ ਸੀ ਉਹਦੇ ਵਿੱਚ ਦਲ ਦੇ ਖਿਲਾਫ ਵੀ ਲੜਿਆ ਗਾ ਪਰ ਜਿਹੜਾ ਇਹ ਮੁੱਖ ਮੰਤਰੀ ਆ ਇਹ ਇਨਕਲਾਬ ਦਾ ਨਾਰਾ ਲਾ ਕੇ ਆਇਆ ਸੀ ਵੀ ਮੈਂ ਇਨਕਲਾਬ ਜ਼ਿੰਦਾਬਾਦ ਪਰ ਇਹ ਸਾਮਰਾਜ ਮੁਰਦਾਬਾਦ ਨਹੀਂ ਨੇ ਕਿਹਾ ਭਗਤ ਸਿੰਘ ਦੀ ਇਹ ਪੱਗ ਬੰਨ ਕੇ ਇਨਕਲਾਬ ਜ਼ਿੰਦਾਬਾਦ ਕਹਿੰਦਾ ਪਰ ਭਗਤ ਸਿੰਘ ਨੇ ਤਾਂ ਆਪਦੀ ਕੀਮਤੀ ਜਾਨ ਤਖਤ ਤੇ ਚੜ ਕੇ ਨਿਸਾਵਰ ਕਰਤੀ ਫਾਂਸੀ ਦਾ ਰੱਸਾ ਚੁੰਮ ਕੇ ਲੋਕਾਂ ਲਈ ਜਾਨੀ ਆਪਦੀ ਜਾਨ ਵਾਰੀ ਪਰ ਇਹ ਅੱਜ ਯਾਨੀ ਕੁਰਸੀ ਤੇ ਬਹਿ ਕੇ ਆਪਦੇ ਪਰਿਵਾਰ ਲਈ ਰਾਜਗੱਦੀ ਦਾ ਮਾਣ ਨਿੱਘ ਮੰਨਦਾ ਗਾ ਇੱਥੇ ਵਿਧਾਨ ਸਭਾ ਦੇ ਜਿਹੜਾ ਪਵਿੱਤਰ ਲੋਕਾਂ ਦਾ ਕਿਹਾ ਵੀ ਪਵਿੱਤਰ ਸੈਸ਼ਨ ਆ ਇਹ ਲੋਕਾਂ ਦਾ ਯਾਨੀ ਵਿਧਾਨ ਸਭਾ ਗਈ ਉਹਦੇ ਵਿੱਚ ਖੜ ਕੇ ਕਿਹਾ ਵੀ ਠੇਕੇਦਾਰ ਕੰਪਨੀਆਂ 25-25 ਹਜ਼ਾਰ ਰੁਪਏ ਦੀ ਲੁੱਟ ਕਰਦੀਆਂ ਤੇ ਮੈਂ ਇਹ ਲੁੱਟ ਖਤਮ ਕਰੂੰਗਾ ਤੇ ਸਿੱਧਾ ਯਾਨੀ 25,000 ਦਊਂਗਾ ਅੱਜ ਮੁੱਖ ਮੰਤਰੀ ਦਾ ਹਰਾ ਪੈਨ ਯਾਨੀ ਚੱਲ ਨਹੀਂ ਰਿਹਾ ਹੈਗਾ ਤੇ ਇਸ ਗੱਲ ਦੇ 2 ਸਾਲ ਤੋਂ ਉੱਪਰ ਹੋ ਗਏ ਲਗਭਗ ਨਾ ਮੁੱਖ ਮੰਤਰੀ ਨੇ ਕੋਈ ਰੁਪਈਆ ਵਧਾਇਆਗਾ ਨਾ ਰੈਗੂਲਰ ਮੁਲਾਜ਼ਮਾਂ ਦਾ ਕੋਈ ਗੱਲ ਸੁਣਦਾਗਾ ਨਾ ਇੱਥੇ ਮਜ਼ਦੂਰਾਂ ਦੀ ਗੱਲ ਸੁਣਦਾ ਨਾ ਕਿਸਾਨਾਂ ਦੀ ਸੁਣਦਾਗਾ ਨਾ ਇੱਥੇ ਕੱਚੇ ਮੁਲਾਜ਼ਮਾਂ ਦੀ ਗੱਲ ਸੁਣੀ ਆ ਹਜੇ ਤੱਕ ਮੁੱਖ ਮੰਤਰੀ ਨੇ ਪਰ ਕਹਿੰਦਾ ਇਹ ਆ ਮੈਂ ਭਗਤ ਸਿੰਘ ਦਾ ਵਾਰਸ ਹਾਂ ਅਸੀਂ ਆਪਦੇ ਮੋਰਚੇ ਵੱਲੋਂ ਇਹ ਕਹਿੰਦੇ ਆ ਵੀ ਇਹ ਭਗਤ ਸਿੰਘ ਦੀ ਜਿਹੜੀ ਪੱਗ ਬੰਨਦਾ ਪਹਿਲਾਂ ਤਾਂ ਉਹ ਪੱਗ ਆਪਦੀ ਲਾ ਕੇ ਪਾਸੇ ਧਰੇ ਉਹ ਕਿਉਂਕਿ ਇਹ ਉਹਦਾ ਹੱਕਦਾਰ ਨਹੀਂ ਹੈਗਾਗਾ ਜਿਹੜੇ ਇਨਕਲਾਬ ਦੀ ਗੱਲ ਕਰਦਾਗਾ ਇਨਕਲਾਬ ਇਹ ਨਹੀਂ ਕਹਿੰਦਾਗਾ ਵੀ ਤੁਸੀਂ ਲੋਕਾਂ ਨੂੰ ਮੂਰਖ ਬਣਾਓ ਬੁੱਧੂ ਬਣਾਓ ਲਾਰਿਆਂ 'ਚ ਰੱਖੋ ਇਨਕਲਾਬ ਤਾਂ ਇਹ ਕਹਿੰਦਾ ਵੀ ਲੋਕਾਂ ਦੀਆਂ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਉਹਨਾਂ ਨੂੰ ਇਹਨੇ ਬਿਨੇ ਜਲਦੀ ਤੋਂ ਜਲਦੀ ਲਾਗੂ ਕਰਕੇ ਉਹਦੀ ਸੁੱਖ ਸਹੂਲਤ ਜਿਹੜੀ ਉਹ ਲੋਕ ਪੰਜਾਬ ਦੇ ਮੰਨਣ ਉਹ ਇਹ ਦੇਖ ਨਹੀਂ ਰਿਹਾ ਮੁੱਖ ਮੰਤਰੀ ਯਾਨੀ ਇਹ ਲੋਕਾਂ ਨਾਲ ਨਿਰਾ ਧੋਖਾ ਗਾ ਜਾਨੀ ਇੱਥੇ ਕੋਈ ਇਨਕਲਾਬ ਨਹੀਂ ਇਹ ਢੌਂਗ ਕਰਕੇ ਆਇਆ ਲੋਕਾਂ ਨਾਲ ਧੋਖਾ ਕਰਕੇ ਆਇਆਗਾ ਲੋਕ ਇਹਨੂੰ ਬਖਸ਼ਣਗੇ ਨਹੀਂ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਨੇ ਵੀ ਆਉਣਾ ਅੱਜ ਲੋਕ ਇਹਦੇ ਕੋਲੇ ਜਾਂਦੇ ਨੇ ਸੜਕਾਂ ਤੇ ਉਤਰਦੇ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਪਰ ਜਦੋਂ ਇਹਨੇ ਵੋਟਾਂ ਨੂੰ ਲੈ ਕੇ ਆਉਣਾਗਾ ਵੋਟਾਂ ਮੰਗਣ ਆਉਣਾਗਾ ਤੇ ਫਿਰ ਲੋਕ ਵੀ ਜਾਨੀ ਜਿਹੜਾ ਕਹਿੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਤੇ ਫਿਰ ਇੱਥੇ ਲੋਕ ਵੀ ਦੱਸਣਗੇ ਵੀ ਡਲਾ ਤੋਂ ਡਲਾ ਐ ਹੁੰਦਾਗਾ ਤੇਰੇ ਕਹਿਣ ਨਾਲ ਨਹੀਂ ਡਲਾ ਹੁੰਦਾਗਾ ਜਦੋਂ ਲੋਕਾਂ ਨੇ ਗੁਲਾਮੇ ਤੋਂ ਫੜ ਕੇ ਖਿੱਚਿਆ ਮੁੱਖ ਮੰਤਰੀ ਨੂੰ ਵੀ ਜਿਹੜੀਆਂ ਗੱਲਾਂ ਤੂੰ ਕਹਿੰਦਾ ਸੀ ਉਹਦੇ ਵਿੱਚੋਂ ਇੱਕ ਵੀ ਅੱਜ ਤੱਕ ਪੂਰੀ ਨਹੀਂ ਹੋਏਗੀ ਸੋ ਇਸ ਕਰਕੇ ਲੋਕਾਂ 'ਚ ਰੋਸ ਆ ਵੱਡੀ ਪੱਧਰ ਤੇ ਰੋਸ ਆ ਝੂਠੇ ਪਰਚੇ ਦਰਜ ਕਰ ਰਿਹਾ ਹੈਗਾ ਥਾਂ ਥਾਂ ਤੇ ਜਿਹੜੀਆਂ ਮੰਗਾਂ ਮੰਨਣੀਆਂ ਨੇ ਉਹ ਮੰਨ ਨਹੀਂ ਰਿਹਾ ਹੈਗਾ ਤੇ ਹੋਰ ਹੀ ਚੁਟਕਲੇ ਸੁਣਾ ਕੇ ਜਿਵੇਂ ਕੈਸਟਾਂ ਦੇ ਵਿੱਚ ਇਹ ਅੱਬਲ ਬਣ ਰਿਹਾ ਹੈਗਾ ਐਂ ਲੋਕਾਂ ਦੇ ਚਿਹਰਿਆਂ ਤੇ ਇਹ ਬਲਵਾਨ ਰਹਿਣਾ ਚਾਹੁੰਦਾ ਗਾ ਪਰ ਲੋਕਾਂ ਨੇ ਇਹਨੂੰ ਨਕਾਰਤਾ ਲੋਕਾਂ ਨੇ ਇਹਨੂੰ ਦਿਲੋਂ ਤੋਂ ਲਾਤਾ ਤੇ ਹੁਣ ਇਹਦੇ ਨਾਲ ਦੋ ਦੋ ਹੱਥ ਕਰਨ ਲਈ ਲੋਕ ਤਿਆਰ ਆ ਗਏ ਸਾਡੇ ਕਿਸਾਨ ਵੀ ਸਾਡੇ ਮਜ਼ਦੂਰ ਵੀ ਸਾਡੇ ਕੱਚੇ ਮੁਲਾਜ਼ਮ ਵੀ ਠੀਕ ਹੈ ਮੋਖਰੀ ਭਗਵੰਤ ਮਾਨ ਨੇ ਕਈ ਵਾਰ ਕਹਿ ਚੁੱਕਿਆ ਵੀ ਜੋ ਕੱਚਾ ਸ਼ਬਦ ਹੈ ਕੱਟੂ ਮੁਲਾਜ਼ਮ ਅੱਗਿਓਂ ਬਹੁਤ ਵਾਰੀ ਕਿਹਾ ਪਹਿਲਾਂ ਵੀ ਕਹਿੰਦੇ ਅੱਜ ਵੀ ਕਹਿ ਰਿਹਾ ਉਹ ਪਰ ਹੁਣ ਤੱਕ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਰਮਾ ਨੂੰ ਰੋਪੜ ਗੁਰੂ ਹਰਗੋਬਿੰਦ ਸਾਹਿਬ ਸਰਮਾ ਨੂੰ ਲੈ ਰਿਹਾ ਮੁਹੱਬਤ ਦੇ ਵਿੱਚ 20-20 ਸਾਲਾਂ ਨੂਣੇ ਤਰ੍ਹਾਂ ਕੰਮ ਕਰਦੇ ਆ ਤੁਹਾਡੇ ਉਹਦੇ ਬਾਰੇ ਕੀ ਵਿਚਾਰ ਆ ਇਹਦੇ ਬਾਰੇ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਅਸੀਂ ਆਪਦਾ ਮੋਰਚੇ ਵੱਲੋਂ ਵੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਖਿਲਾਫ ਵੀ ਲੜਿਆ ਚੰਨੀ ਸਰਕਾਰ ਦੇ ਖਿਲਾਫ ਵੀ ਲੜਿਆ ਕੈਪਟਨ ਦੇ ਖਿਲਾਫ ਵੀ ਲੜਿਆ ਮੁੱਖ ਮੰਤਰੀ ਬਾਦਲ ਦੇ ਖਿਲਾਫ ਵੀ ਲੜਿਆ ਗਾ ਪਰ ਜਿਹੜਾ ਇਹ ਮੁੱਖ ਮੰਤਰੀ ਆ ਇਹ ਇਨਕਲਾਬ ਦਾ ਨਾਰਾ ਲਾ ਕੇ ਆਇਆ ਸੀ ਵੀ ਮੈਂ ਇਨਕਲਾਬ ਜ਼ਿੰਦਾਬਾਦ ਪਰ ਇਹ ਸਾਮਰਾਜ ਮੁਰਦਾਬਾਦ ਨਹੀਂ ਨੇ ਕਿਹਾ ਭਗਤ ਸਿੰਘ ਦੀ ਇਹ ਪੱਗ ਬੰਨ ਕੇ ਇਨਕਲਾਬ ਜ਼ਿੰਦਾਬਾਦ ਕਹਿੰਦਾ ਪਰ ਭਗਤ ਸਿੰਘ ਨੇ ਤਾਂ ਆਪਦੀ ਕੀਮਤੀ ਜਾਨ ਤੱਕ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ।